ਸਤਿ ਸ਼੍ਰੀ ਅਕਾਲ, ਮੈਂ ਰਚਨਾ। ਦੈਨਿਕ ਸਵੇਰਾ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਪਹਿਲਾਂ ਨਜ਼ਰ ਪਾਉਂਦੇ ਹਾਂ ਇਸ ਬੁਲੇਟਿਨ ਦੀਆਂ ਮੁੱਖ ਖਬਰਾਂ ਤੇ। ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੀ ਪਾਰਟੀ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਨਾਗਰਿਕਤਾ ਕਾਨੂੰਨ ਬਣਾਉਣਾ ਉਹਨਾਂ ਦੇ ਚੋਣ ਮੈਨੀਫੈਸਟੋ ਚ ਸ਼ਾਮਲ ਸੀ। ਰਾਮੂ ਵਾਲੀਆ ਨੇ ਕਿਹਾ ਬਾਦਲ ਪਰਿਵਾਰ ਦੀ ਬਾਣੇ ਤੇ ਬਾਣੀ ਬਾਰੇ ਸੋਚ ਜੱਗ ਜ਼ਾਹਿਰ ਹੋਈ। ਅਤੇ ਅਟਵਾਲ ਨੇ ਕਿਹਾ ਨਵਜੋਤ ਸਿੰਘ ਸਿੱਧੂ ਨੂੰ ਡਿਪਟੀ ਸੀਐਮ ਬਣਾਉਣਾ ਅਜੇ ਹਕੀਕਤ ਤੋਂ ਪਰੇ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਮਾਸਟਰ ਮੋਹਨ ਲਾਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੀ ਪਾਰਟੀ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਇਸ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸਭ ਨੂੰ ਨਾਲ ਲੈ ਕੇ ਚੱਲਣ। ਸਾਡੇ ਨਾਲ ਮੌਜੂਦ ਹੈ ਇਸ ਟਾਈਮ ਐਕਸ ਮਿਨਿਸਟਰ ਮਾਸਟਰ ਮੋਹਨ ਲਾਲ। ਮੋਹਨ ਜੀ, ਸੁਖਬੀਰ ਬਾਦਲ ਨੂੰ ਤੀਸਰੀ ਵਾਰੀ ਪ੍ਰਧਾਨ ਬਣਾਇਆ ਗਿਆ, ਕੀ ਕਹਿਣਾ? ਗੱਲ ਹੈ ਜੀ, ਇਹ ਸ਼੍ਰੋਮਣੀ ਅਕਾਲੀ ਦਲ ਦਾ ਇੰਟਰਨਲ ਮਸਲਾ ਹੈ। ਇਹਦੇ 'ਚ ਕੋਈ ਬਾਹਰਲਾ ਆਦਮੀ ਕੋਈ ਦਖਲ ਅੰਦਾਜ਼ੀ ਨਹੀਂ ਦੇ ਸਕਦਾ। ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ, ਹਰਸਿਮਰ ਕੌਰ ਬਾਦਲ ਇੱਕ ਪਾਰਟੀ ਦੀ ਪਾਰਟੀ, ਇੱਕ ਪਰਿਵਾਰ ਦੀ ਪਾਰਟੀ ਹੈ। ਔਰ ਮੈਂ ਸੁਖਬੀਰ ਬਾਦਲ ਨੂੰ ਸ਼ੁਭਕਾਮਨਾਵਾਂ ਦਿੰਦਾ ਕਿ ਪੰਜਾਬ ਦੇ ਹਾਲਾਤ ਨੂੰ ਦੇਖ ਕਰਕੇ ਇਹ ਜਿਹੜਾ ਪ੍ਰੈਜ਼ੀਡੈਂਟਸ਼ਿਪ ਉਹਨੂੰ ਮਿਲੀ ਹੈ ਉਹਨੂੰ ਠੀਕ ਤਰੀਕੇ ਦੇ ਨਾਲ ਨਿਭਾਵੇ, ਸਾਰੇ ਗਰੁੱਪਾਂ ਨੂੰ ਨਾਲ ਲੈ ਕੇ ਚੱਲੇ ਔਰ ਆਪਣੀ ਜਿਹੜੀ ਹੈ ਨਾ ਜੀ ਪ੍ਰਧਾਨਗੀ ਦੀ ਸਹੀ ਵਰਤੋਂ ਜਿਹੜੀ ਹੈ ਇਸ ਪੰਜਾਬ 'ਚ ਕਰੇ। ਹਿੰਦੂ, ਸਿੱਖ, ਮੁਸਲਮਾਨ, ਈਸਾਈ ਸਾਰਿਆਂ ਨੂੰ ਨਾਲ ਲੈ ਕੇ ਚੱਲੇ, ਇਹੀ ਬੇਨਤੀ ਮੈਂ ਕਰਨਾ ਚਾਹੁੰਦਾ। ਜੈ ਹਿੰਦ। ਅਤੇ ਇੱਕ ਨਵਜੋਤ ਸਿੰਘ ਸਿੱਧੂ ਨੂੰ ਵੀ ਡਿਪਟੀ ਸੀਐਮ ਬਣਾਉਣ ਦੇ ਬਾਰੇ ਚਰਚਾ ਚੱਲਦੀ ਪਈ ਹੈ। ਨਵਜੋਤ ਸਿੰਘ ਸਿੱਧੂ ਜਿਹੜੇ ਨੇ ਜੀ, ਉਹਦੇ ਬਾਰੇ 'ਚ ਮੈਂ ਇੱਕੋ ਹੀ ਗੱਲ ਕਹਿ ਸਕਦਾ, ਉਹ ਵਿਚਾਰਾ ਤਾਲੋਂ ਖੁੱਲ੍ਹ ਗਿਆ। ਜਦੋਂ ਕੋਈ ਆਦਮੀ ਤਾਲੋਂ ਖੁੰਝ ਜਾਏ ਨਾ ਫਿਰ ਉਹਦਾ ਬਸ ਨਹੀਂ ਰਹਿੰਦਾ ਉਹਦੇ ਉੱਤੇ ਆਪਣੇ 'ਤੇ, ਅਤੇ ਮੈਨੂੰ ਨਹੀਂ ਲੱਗਦਾ ਕਿ ਉਹ ਵਾਈ ਕੋਈ ਡਿਪਟੀ ਸੀਐਮ ਬਣਾਉਣਗੇ, ਮੈਨੂੰ ਲੱਗਦਾ ਨਹੀਂ ਹੈ। ਅਤੇ ਇੱਕ ਪ੍ਰਤਾਪ ਸਿੰਘ ਬਾਜਵਾ ਦਾ ਵੀ ਬਿਆਨ ਆਇਆ ਕਿ ਜਿਹੜੇ ਡਿਪਟੀ ਸੀਐਮ ਹੋਣੇ ਚਾਹੀਦੇ 3-4 ਹੋਣੇ ਚਾਹੀਦੇ, ਯਾਨੀ ਕਿ ਜਿਹੜੇ ਮੇਨ ਡਿਪਟੀ ਸੀਐਮ ਆ ਉਹਨਾਂ ਦਾ ਬੋਝ ਘੱਟ ਜਾਵੇ। ਦੇਖੋ, ਇਹ ਪ੍ਰਤਾਪ ਸਿੰਘ ਬਾਜਵਾ ਬੜਾ ਮੇਰਾ ਬੜਾ ਅਜ਼ੀਜ਼ ਬਰਖੁਰਦਾਰ ਹੈ, ਉਹਦੇ ਮਨ 'ਚ ਕੀ ਹੈ ਮੈਨੂੰ ਪਤਾ ਨਹੀਂ, ਪਰ 3-4 ਡਿਪਟੀ ਸੀਐਮ ਬਣਾਉਣ ਦੇ ਨਾਲ ਕੋਈ ਪੰਜਾਬ ਦੀ ਸਮੱਸਿਆ ਹੱਲ ਨਹੀਂ ਹੋਣੀ। ਕਾਂਗਰਸ ਨੇ 3 ਸਾਲ ਗੁਆਤੇ ਨੇ, ਐਵੇਂ ਕੋਈ ਕੰਮ ਨਹੀਂ ਪੰਜਾਬ 'ਚ ਹੋਇਆ, ਇੱਕ ਨਿੱਕੇ ਪੈਸੇ ਦਾ ਕੰਮ ਪੰਜਾਬ 'ਚ ਨਹੀਂ ਹੋਇਆ। ਹੁਣ 3 ਡਿਪਟੀ ਸੀਐਮ ਬਣਾਉਣੇ ਨੇ, ਬਣਾ ਕੇ ਵੀ ਦੇਖ ਲੈਣ, ਲੇਕਿਨ ਪੰਜਾਬ ਦਾ ਜਿਹੜਾ ਵਿਹੜਾ ਗਰਕ ਹੈ ਨਾ ਕਾਂਗਰਸ ਨੇ 3 ਸਾਲਾਂ 'ਚ ਕਰਤਾ, ਰੇਤ, ਬਜਰੀ, ਨਸ਼ਾ ਸਭ ਜ਼ੋਰਾਂ 'ਤੇ ਹੈ ਔਰ ਇਸ ਤੋਂ ਉਹ ਕੈਪਟਨ ਰਮਿੰਦਰ ਸਿੰਘ ਆਪਣੀ ਜਵਾਬਦਾਰੀ ਤੋਂ ਬਚ ਨਹੀਂ ਸਕਦੇ। ਮਿਹਰਬਾਨੀ। ਇਹ ਸੀ ਸਾਡੇ ਨਾਲ ਐਕਸ ਮਿਨਿਸਟਰ ਮਾਸਟਰ ਮੋਹਨ ਲਾਲ, ਕੈਮਰਾਮੈਨ ਪਵਨ ਦਾ, ਵਿਨੇ ਸ਼ਰਮਾ, ਦੈਨਿਕ ਸਵੇਰਾ ਟੀਵੀ, ਜਲੰਧਰ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਨਾਗਰਿਕਤਾ ਬਾਰੇ ਸੋਧੇ ਹੋਏ ਕਾਨੂੰਨ ਬਾਰੇ ਕਿਹਾ ਕਿ ਇਹ ਗੱਲ ਤਾਂ ਭਾਰਤੀ ਜਨਤਾ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਸ਼ਾਮਿਲ ਸੀ, ਇਸੇ ਲਈ ਹੀ ਇਹ ਕਾਨੂੰਨ ਬਣਾਇਆ ਗਿਆ। ਉਹਨਾਂ ਕਿਹਾ ਕਿ ਮੰਦੀ ਸਿਰਫ ਭਾਰਤ ਵਿੱਚ ਨਹੀਂ ਸਗੋਂ ਪੂਰੇ ਵਿਸ਼ਵ ਵਿੱਚ ਮੰਦੀ ਦਾ ਦੌਰ ਚੱਲ ਰਿਹਾ ਹੈ। ਰਣਜੀਤ ਐਵਨਿਊ ਅੰਮ੍ਰਿਤਸਰ ਵਿਖੇ ਪਾਈਟੈਕਸ ਮੇਲੇ ਦਾ ਆਯੋਜਨ ਕੀਤਾ ਗਿਆ, ਅੱਜ ਵੈਲਡਿਕਟਰੀ ਫੰਕਸ਼ਨ ਦਾ ਆਯੋਜਨ ਕੀਤਾ ਜਾ ਰਿਹਾ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਨੇ। ਸਰ, ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇਹ ਆਯੋਜਨ ਕੀਤੇ ਜਾਂਦੇ ਨੇ, ਕੀ ਫਾਇਦਾ ਹੋਊਗਾ ਇੰਡਸਟਰੀ ਨੂੰ? ਬਹੁਤ ਵਧੀਆ ਮੇਲਾ ਟ੍ਰੇਡ ਦਾ ਦੇਖਣ ਨੂੰ ਮਿਲ ਰਿਹਾ, ਬਹੁਤ ਅੱਛੇ ਸਟਾਲ ਜਿਹੜੇ ਲੱਗੇ ਨੇ, ਮੇਰੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਔਰ ਬਹੁਤ ਚੰਗਾ ਲੱਗ ਰਿਹਾ ਇੱਥੇ ਦੇਖ ਕੇ, ਜਿਹੜਾ ਇੰਡਸਟਰੀ ਫਲਰਿਸ਼ ਹੋ ਰਹੀ ਹੈ ਉਹਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ। ਜਿਹੜਾ ਨਾਗਰਿਕ ਬਿੱਲ ਹੈ ਇਹ ਕੇਂਦਰ ਸਰਕਾਰ, ਉਹਦੇ ਖਿਲਾਫ਼ ਬਹੁਤ ਜ਼ਿਆਦਾ ਪ੍ਰਦਰਸ਼ਨ ਹੋ ਰਹੇ ਨੇ, ਪ੍ਰਦਰਸ਼ਨ ਨੂੰ ਪੰਜਾਬ ਤੱਕ ਵੀ ਪਹੁੰਚ ਚੁੱਕੇ ਨੇ, ਦਿੱਲੀ ਵੀ ਅੱਜ ਬੱਸਾਂ ਸਾੜੀਆਂ ਗਈਆਂ। ਨਾਗਰਿਕ ਬਿੱਲ ਦਾ ਤਾਂ ਬੜੀ ਚਿਰ ਤੋਂ ਸਰਕਾਰ ਸਾਡੀ ਪਾਰਟੀ ਦਾ ਇਹ ਏਜੰਡਾ ਵੀ ਸੀ, ਮੈਨੀਫੈਸਟੋ ਸੀਗਾ, ਇਸ ਕਰਕੇ ਬਿੱਲ ਆਉਂਦਾ। ਸਾਨੂੰ ਬਹੁਤ ਖੁਸ਼ੀ ਹੈ ਔਰ ਸਾਰੇ ਲੋਕ ਇਹਨੂੰ ਚੰਗਾ ਸਮਝ ਰਹੇ, ਜਿਹੜੇ ਲੋਕ ਪ੍ਰਤਾੜਿਤ ਹੋ ਕੇ ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ, ਅਫਗਾਨਿਸਤਾਨ ਤੋਂ ਇੱਥੇ ਆਏ ਨੇ, ਜੇ ਉਹਨਾਂ ਨੂੰ ਪੰਜਾਬ 'ਚ ਜਾਂ ਹਿੰਦੁਸਤਾਨ 'ਚ ਸ਼ਰਨ ਨਹੀਂ ਮਿਲੇਗੀ ਹੋਰ ਕਿੱਥੇ ਮਿਲੇਗੀ? ਨਹੀਂ, ਮੁਸਲਿਮ ਕਮਿਊਨਿਟੀ ਨਾਰਾਜ਼ ਚੱਲ ਰਹੀ ਹੈ ਜੀ। ਕੋਈ ਨਾਰਾਜ਼ ਨਹੀਂ ਹੈ, ਸਿਰਫ ਮੁੱਠੀ ਭਰ ਲੋਕ ਵੋਟਾਂ ਦੀ ਰਾਜਨੀਤੀ ਕਰਦੇ ਨੇ, ਬਾਕੀ ਹੋਰ ਕੋਈ ਪ੍ਰੋਬਲਮ ਨਹੀਂ। ਦੇਸ਼ ਅੰਦਰ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ, ਮਹਿੰਗਾਈ ਘੱਟ ਨਹੀਂ ਰਹੀ, ਬੇਰੁਜ਼ਗਾਰੀ ਜ਼ਿਆਦਾ,
ਕੀ ਕਹਿਣਾ ਚਾਹੁੰਦੇ ਦੇਸ਼ ਅੰਦਰ ਜਿਹੜੇ ਲੋਕ ਨੇ ਨਿਰਾਸ਼? ਬਹੁਤ ਸਾਰੇ ਸਟੈਪ ਲਏ ਜਾ ਰਹੇ ਨੇ ਕਾਰਪੋਰੇਟ ਸੈਕਟਰ ਨੂੰ 1,45,000 ਕਰੋੜ ਰੁਪਏ ਦਾ ਸਰਕਾਰ ਨੇ ਫਾਇਦਾ ਕੀਤਾ, ਉਹਦੇ ਨਾਲ ਬੈਂਕਾਂ ਨੂੰ ਵੀ 20,000 2 ਲੱਖ ਕਰੋੜ ਰੁਪਏ ਜਮ੍ਹਾਂ ਕੀਤਾ ਤਾਂ ਕਿ ਲੋਨ ਐਡਵਾਂਸ ਹੋ ਸਕਣ। ਸੋ ਬਹੁਤ ਸਾਰੇ ਸਟੈਪ ਸਰਕਾਰ ਲੈ ਰਹੀ ਹੈ ਇੱਥੇ। ਪਰ ਮੰਤਰੀ ਸਾਹਿਬ ਹਜੇ ਵੀ ਜਿਹੜੀ ਕਿਤੇ ਨਾ ਕਿਤੇ GST ਔਰ ਨੋਟਬੰਦੀ ਦਾ ਅਸਰ ਜਿਹੜਾ ਵਪਾਰ 'ਤੇ ਵੇਖਣ ਨੂੰ ਮਿਲ ਰਿਹਾ, ਵਪਾਰੀ ਨਿਰਾਸ਼ ਚੱਲ ਰਹੇ? ਇਹ ਕੋਈ ਗੱਲ ਨਹੀਂ ਹੈ, ਕੋਈ ਨੋਟਬੰਦੀ ਦਾ ਸਗੋਂ ਚੰਗਾ ਹੋਇਆ, ਜਿਹੜਾ ਬਲੈਕ ਮਨੀ ਸੀ ਬੈਂਕਾਂ 'ਚ ਆ ਗਿਆ ਚੰਗੇ 'ਚ ਮਾੜਾ ਕੀ ਹੋਇਆ? ਇਹ ਤਾਂ ਐਵੇਂ ਲੋਕਾਂ ਦੀ ਬਣਾਈ ਗੱਲ ਹੈ। ਔਰ ਅਕਾਦਮੀ ਇੰਡੀਆ ਦੀ ਅੱਜ ਵੀ ਦੇਸ਼ 'ਚ ਦੁਨੀਆ ਦੇ ਦੇਸ਼ਾਂ ਨਾਲੋਂ ਤੇਜ਼ੀ ਨਾਲ ਦੇਸ਼ ਤਾਂ ਮੰਦੀ ਦਾ ਸ਼ਿਕਾਰ ਹੈ, GDP ਜਿਹੜੀ 4% ਹੈਗੀ ਸਾਰੀ ਉਹ ਸਾਰੀ ਦੁਨੀਆ 'ਚ ਹੀ ਹੈ ਇਹ ਹਾਲ, ਸਾਰੀ ਦੁਨੀਆ 'ਚ ਮੰਦੀ ਹੈ, ਤੋਂ ਨਿਕਲ ਜਾਣਾ ਬਹੁਤ ਜਲਦੀ ਬਾਹਰ ਆਏਗੀ। ਕਿਸ ਤਰ੍ਹਾਂ ਨਿਕਲੋਗੇ, ਕੀ ਕਿਹੜਾ ਜਾਦੂ ਹੈ ਜਿਹੜਾ ਨਿਕਲ ਜੂਗਾ? ਜਾਦੂ ਕਾ ਸਰਕਾਰ, ਸਾਰਾ ਬੈਂਕਿੰਗ ਸੈਕਟਰ ਸਾਰੇ ਸਰਕਾਰ ਚਲਾ ਰਹੀ ਹੈ, ਸਰਕਾਰ ਕਰੇਗੀ ਇਹਨੂੰ ਹੋਰ ਕਿਨ ਕਰਨਾ, ਜਾਦੂ ਥੋੜ੍ਹਾ ਉਸਦਾ। ਅਤੇ ਇਹ ਸਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਜਿਹੜੇ ਕਿ ਅੱਜ ਇੱਥੇ ਪਾਈਟੈਕਸ ਮੇਲੇ ਵਿੱਚ ਪਹੁੰਚੇ ਹੋਏ ਨੇ ਔਰ ਅੱਜ ਵੈਲਡਿਕਟਰੀ ਫੰਕਸ਼ਨ ਦਾ ਆਯੋਜਨ ਕੀਤਾ ਜਾ ਰਿਹਾ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਨੇ। ਔਰ ਜਦੋਂ ਇਹਨਾਂ ਕੋਲੋਂ ਪੁੱਛਿਆ ਗਿਆ ਵੀ ਨਾਗਰਿਕ ਸੋਧ ਬਿੱਲ ਦੇ ਖਿਲਾਫ਼ ਦੇਸ਼ ਅੰਦਰ ਜਿਹੜੇ ਉਹ ਪ੍ਰਦਰਸ਼ਨ ਹੋ ਰਹੇ ਨੇ, ਤਾਂ ਉਹਨਾਂ ਨੇ ਆਖਿਆ ਵੀ ਇੱਕ ਅੱਧੀ ਕਮਿਊਨਿਟੀ ਜਿਹੜੀ ਉਹ ਨਿਰਾਸ਼ ਚੱਲੀ ਹੈ, ਬਾਕੀ ਸਾਰੇ ਜਿੰਨੇ ਵੀ ਲੋਕ ਨੇ ਉਹ ਖੁਸ਼ ਨੇ। ਔਰ ਦੂਜੇ ਪਾਸੇ ਜਿਹੜੀ ਵੀ GDP ਦਰ ਹੈ ਉਹ ਵੀ ਉਹਨਾਂ ਨੇ ਆਖਿਆ ਵੀ ਸਰਕਾਰ ਜਿਹੜੀ ਹੈ ਇਸ ਵੱਲ ਸੰਜੀਦਗੀ ਨਾਲ ਜਿਹੜਾ ਵਿਚਾਰ ਕਰ ਰਹੀ ਹੈ ਔਰ GDP ਦਰ ਜਿਹੜੀ ਉਹ ਆਰਥਿਕ ਮੰਦੀ ਜਿਹੜੀ ਦੇਸ਼ ਭਰ ਵਿੱਚ ਚੱਲ ਰਹੀ ਹੈ, ਭਾਵੇਂ ਵਿਸ਼ਵ ਵਿੱਚ ਚੱਲ ਰਹੀ, ਪਰ ਜਿਹੜਾ ਭਾਰਤ ਹੈ ਉਹ ਫਿਰ ਵੀ ਜਿਹੜਾ ਆਰਥਿਕ ਮੰਦੀ ਦਾ ਸ਼ਿਕਾਰ ਜਿਹੜਾ ਉਹ ਨਹੀਂ ਹੈ। ਕੈਮਰਾ ਪਰਸਨ ਮੁਕੇਸ਼ ਬਾਵਾਨਾ, ਸਿਕੰਦਰ ਪਸੀਚਾ। ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਦੀ ਬਾਣੇ ਤੇ ਬਾਣੀ ਬਾਰੇ ਸੋਚ ਜੱਗ ਜ਼ਾਹਿਰ ਹੋ ਗਈ ਹੈ। ਨਵਜੋਤ ਸਿੰਘ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ਦੇ ਸਵਾਲ ਤੇ ਉਹਨਾਂ ਕਿਹਾ ਕਿ ਉਹ ਅਫਵਾਹਾਂ ਵਿੱਚ ਯਕੀਨ ਨਹੀਂ ਰੱਖਦੇ। ਸਾਡਾ ਮੌਜੂਦ ਹੈ ਰਾਮੂਵਾਲੀਆ। ਰਾਮੂਵਾਲ ਜੀ, ਕੀ ਕਹਿਣਾ, ਪ੍ਰਧਾਨ ਬਣਾ ਦਿੱਤਾ ਗਿਆ ਜੀ? ਗੱਲ ਇਹ ਹੈ, ਇੱਕ ਕੰਧ 'ਤੇ ਲਿਖ ਲਓ ਜਿਹੜੀ ਕੱਲ੍ਹ ਡਿਵੈਲਪਮੈਂਟ ਹੋਈ ਹੈ। ਮੈਂ ਅਕਾਲੀ ਨਹੀਂ, ਨਾ ਮੈਂ ਅਕਾਲੀ ਦਲ 'ਚ ਹਾਂ, ਲੇਕਿਨ ਮੈਂ ਅਕਾਲੀ ਦਲ 'ਚ ਰਿਹਾ ਬਹੁਤ ਲੰਬਾ ਸਮਾਂ ਅਤੇ UP ਤੋਂ ਆਇਆ। ਅੱਜ ਤਾਂ ਸਰਾਜ ਜੀ ਹੰਸ ਦੇ ਮਾਤਾ ਜੀ ਦਾ ਇੱਕ ਗੱਲ ਲਿਖ ਲਓ, ਦੋ ਅੱਡੇ ਪੈਦਾ ਹੋ ਗਏ, ਇੱਕ ਬਹੁਤ ਵੱਡਾ ਅੱਡਾ ਪੈਦਾ ਹੋ ਗਿਆ ਜਿਹੜਾ ਬਾਦਲਾਂ ਨੂੰ ਉਹਨਾਂ ਦੇ ਆਰਥਿਕ ਅਤੇ ਦੂਜੇ ਪ੍ਰੋਗਰਾਮਾਂ ਦੀ ਥਾਂ 'ਤੇ ਕੀ ਗੁਰੂ ਦਾ ਬਾਣਾ ਅਤੇ ਬਾਣੀ, ਬਾਣਾ ਅਤੇ ਬਾਣੀ ਉਹਦੇ ਪ੍ਰਤੀ ਇਹਨਾਂ ਦੀ ਨਫ਼ਰਤ ਹੈ, ਹੰਕਾਰ ਹੈ ਜਾਂ ਆਗਿਆਕਾਰ ਹੈ ਜਾਂ ਉਹਦੇ ਪ੍ਰਤੀ ਇਹਨਾਂ ਨੂੰ ਫਿਕਰਮੰਦੀ ਹੈ, ਉਹ ਨੰਗੀ ਹੋ ਗਈ ਕਿ ਇਹ ਬਾਣੇ ਅਤੇ ਬਾਣੀ ਦੀ ਕੋਈ ਪਰਵਾਹ ਨਹੀਂ, ਇਹਨੂੰ ਇੱਕ ਲਹਿਰ ਚੱਲ ਪੈਣੀ ਹੈ। ਦੂਜੀ ਗੱਲ, ਅੱਡਾ ਪੈਦਾ ਹੋ ਗਿਆ, ਇਸ ਅੱਡੇ 'ਚ ਜਦੋਂ ਕਾਂਗਰਸ ਅਤੇ ਅਕਾਲੀ ਆਹਮੋ ਸਾਹਮਣੇ ਲੜਦੇ ਸੀ, ਉਹਦੇ ਵਿੱਚ ਹੁਣ ਅਕਾਲੀ ਦਲ ਦੀਆਂ ਵੋਟਾਂ ਬੁਰੀ ਤਰ੍ਹਾਂ ਤਕਸੀਮ ਹੋਣਗੀਆਂ। ਅਤੇ ਇੱਕ ਨਵਜੋਤ ਸਿੰਘ ਸਿੱਧੂ ਨੂੰ ਡਿਪਟੀ ਸੀਐਮ ਲਾਉਣ ਦੀ ਗੱਲ ਚੱਲਦੀ ਪਈ ਹੈ, ਮੈਂ ਅਫਵਾਹਾਂ ਉੱਤੇ ਯਕੀਨ ਨਹੀਂ ਕਰਦਾ। ਇਹ ਸੀ ਸਾਡੇ ਨਾਲ ਰਾਮੂਵਾਲੀਆ ਜੀ, ਕੈਮਰਾਮੈਨ ਪਵਨ ਦੇ ਨਾਲ ਵਿਨੇ ਸ਼ਰਮਾ, ਦੈਨਿਕ ਸਵੇਰਾ TV ਜਲੰਧਰ। ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਕਰਨ ਵਾਲਿਆਂ ਦੀ ਪਾਰਟੀ ਹੈ। ਨਵਜੋਤ ਸਿੰਘ ਸਿੱਧੂ ਨੂੰ ਡਿਪਟੀ ਸੀਐਮ ਬਣਾਏ ਜਾਣ ਦੇ ਸਵਾਲ ਤੇ ਉਹਨਾਂ ਕਿਹਾ ਕਿ ਇਹ ਅਜੇ ਹਕੀਕਤ ਤੋਂ ਪਰੇ ਦੀ ਗੱਲ ਹੈ। ਮੌਜੂਦ ਹੈ ਇਸ ਟਾਈਮ ਪੂਰਵ ਸਪੀਕਰ ਚਰਨਜੀਤ ਸਿੰਘ ਅਟਵਾਲ। ਅਟਵਾਲ ਸਾਹਿਬ ਜੀ, ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਤੀਸਰੀ ਵਾਰੀ, ਕੀ ਕਹਿਣਾ? ਦੇਖੋ, ਮੈਂ ਸਮਝਣਾ ਹੈ ਕਿ ਇਹ ਸ਼ਹੀਦਾਂ ਦੀ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ। ਇਹਨੇ ਬਹੁਤ ਹੀ ਮਤਲਬ ਜਿਹੜਾ ਸੰਘਰਸ਼ ਕੀਤਾ ਇਸ ਕੌਮ ਨੇ, ਔਰ ਮੈਂ ਸਮਝਣਾ ਕਿ ਦੁਨੀਆ ਦੇ ਸਭ ਤੋਂ ਵੱਧ ਜੇਕਰ ਕੋਈ ਜਥੇਬੰਦੀ ਕੁਰਬਾਨੀਆਂ ਦੀ ਜਥੇਬੰਦੀ ਹੈ, ਅਤੇ ਉਸ ਜਥੇਬੰਦੀ ਦੇ ਮੈਂ ਸਮਝਣਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਇਆ। ਤੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ, ਇਹਨਾਂ ਨੂੰ ਜੋ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ, ਇਹ ਬਹੁਤ ਚੰਗਾ ਕੀਤਾ ਗਿਆ, ਔਰ ਮੈਂ ਉਹਨਾਂ ਨੂੰ ਮੁਬਾਰਕਬਾਦ ਵੀ ਦੇਣਾ ਔਰ ਆਪਣੇ ਡੈਲੀਗੇਟਾਂ ਦਾ ਧੰਨਵਾਦ ਵੀ ਕਰਦਾ। ਇੱਕ ਨਵਜੋਤ ਸਿੰਘ ਸਿੱਧੂ ਨੂੰ ਡਿਪਟੀ ਸੀਐਮ ਬਣਾਉਣ ਦੀ ਵੀ ਗੱਲਬਾਤ ਚੱਲਦੀ ਪਈ, ਚਰਚਾ ਕਾਫੀ ਹੈ ਉਹਦੇ ਬਾਰੇ? ਇਹ ਤਾਂ ਇਮੈਜਨੇਰੀ ਸਾਰੀਆਂ ਗੱਲਾਂ, ਇਹਨਾਂ ਬਾਰੇ ਮੈਂ ਕੀ ਕਹਿ ਸਕਦਾ, ਸਾਰੇ ਇਮੈਜਨੇਰੀ ਨੇ ਇਹਨਾਂ 'ਚ। ਇਹ ਤਾਂ ਉਹਨਾਂ ਨੂੰ ਪਤਾ ਹੋ ਸਕਦਾ ਵੀ ਇਹਦੇ 'ਚ ਕੋਈ ਸੱਚਾਈ ਹੈ ਕਿ ਨਹੀਂ ਹੈ, ਉਹ ਹੈ ਕਿ ਨਹੀਂ ਸਹੀ। ਇਹ ਸਰ ਮੇਰੇ ਕਹਿਣ ਦੀ ਇਹਦੇ 'ਚ ਗੱਲ ਕੋਈ ਹੈ ਨਹੀਂ, ਇਹ ਰਿਐਲਿਟੀ ਤਾਂ ਮਤਲਬ ਜਦੋਂ ਹੋਊ ਉਦੋਂ ਦੇਖਾਂਗੇ। ਇਹ ਸੀ ਸਾਡੇ ਨਾਲ ਚਰਨਜੀਤ ਸਿੰਘ ਅਟਵਾਲ, ਪੂਰਵ ਸਪੀਕਰ, ਕੈਮਰਾਮੈਨ ਪਵਨ ਦੇ ਨਾਲ ਵਿਨੇ ਸ਼ਰਮਾ, ਦੈਨਿਕ ਸਵੇਰਾ TV ਜਲੰਧਰ।
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਵਿਨਾਸ਼ ਰਾਏ ਖੰਨਾ ਨੇ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਚੰਗੀ ਗੱਲ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਨੌਜਵਾਨ ਪ੍ਰਧਾਨ ਮਿਲਿਆ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਗਲੀ ਸਰਕਾਰ ਅਕਾਲੀ ਭਾਜਪਾ ਦੀ ਹੀ ਹੋਵੇਗੀ। ਸਾਡੇ ਨਾਲ ਮੌਜੂਦ ਹੈ ਅਵਿਨਾਸ਼ ਰਾਏ ਖੰਨਾ। ਹੰਸਰਾਜ ਜੀ ਦੇ ਮਾਤਾ ਜੀ ਦਾ ਦਿਹਾਂਤ ਹੋਇਆ, ਮੈਂ ਉਹਨਾਂ ਦੇ ਨਾਲ ਉਸ ਸ਼ੋਕ ਦੀ ਘੜੀ ਵੀ ਸ਼ਾਮਿਲ ਹੋਣਾ ਆ। ਪਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਵਾਸ ਦੇਵੇ ਔਰ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਇਹੀ ਬੇਨਤੀ ਕਰਨਾ ਹੈ। ਇੱਕ ਤੀਜੀ ਵਾਰੀ ਪ੍ਰਧਾਨ ਬਣਾਤੇ ਆ ਸੁਖਬੀਰ ਬਾਦਲ ਜੀ, ਉਹਨਾਂ ਬਾਰੇ ਕੀ ਕਹਿਣਾ? ਖੁਸ਼ੀ ਦੀ ਗੱਲ ਹੈ, ਉਹਨਾਂ ਦੀ ਪਾਰਟੀ ਦਾ ਫੈਸਲਾ, ਇੱਕ ਯੰਗ ਪ੍ਰੈਜੀਡੈਂਟ ਅਕਾਲੀ ਦਲ 'ਚ ਆਇਆ, ਹੋਰ ਵਧੀਆ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਇਕੱਠੇ ਹੋ ਕੇ ਅਗਲੀ ਸਰਕਾਰ ਲੈ ਕੇ ਆਵਾਂਗੇ। ਅਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਡਿਪਟੀ ਸੀਐਮ ਬਣਾਉਣ ਦੀ ਗੱਲਬਾਤ ਚੱਲ ਰਹੀ ਹੈ, ਇਹਦੇ ਬਾਰੇ ਮੈਨੂੰ ਕੁਛ ਨਹੀਂ ਪਤਾ ਬਈ। ਇਹ ਸੀ ਸਾਡੇ ਨਾਲ ਅਵਿਨਾਸ਼ ਰਾਏ ਖੰਨਾ, ਕੈਮਰਾਮੈਨ ਪਵਨ ਦੇ ਨਾਲ ਵਿਨੇ ਸ਼ਰਮਾ, ਦੈਨਿਕ ਸਵੇਰਾ ਟੀਵੀ ਜਲੰਧਰ। ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ DSP ਸੇਖੋਂ ਨਾਲ ਚੱਲ ਰਹੀ ਕਸ਼ਮਕਸ਼ ਅਜੇ ਠੰਡੀ ਵੀ ਨਹੀਂ ਪਈ ਸੀ ਕਿ ਲੁਧਿਆਣਾ ਦੇ ਇੱਕ BJP ਆਗੂ ਨੇ ਆਸ਼ੂ ਦੀ ਸ਼ਹਿਰ ਤੇ ਨਗਰ ਨਿਗਮ ਵੱਲੋਂ ਉਸ ਦੇ ਸ਼ੋਰੂਮ ਨੂੰ ਸੀਲ ਕਰਨ ਦੇ ਇਲਜ਼ਾਮ ਲਗਾਏ ਨੇ। ਦੇਖੋ ਇਸ ਬਾਰੇ ਸਾਡੇ ਪੱਤਰਕਾਰ ਦੀ ਖਾਸ ਰਿਪੋਰਟ। ਮੈਨੂੰ ਹਰਾਸ ਕਰਨ ਲਈ, ਮੇਰਾ ਸਿਆਸੀ ਅਕਸ ਨੂੰ ਖਰਾਬ ਕਰਨ ਦੇ ਲਈ, ਮੈਨੂੰ ਮੈਂਟਲੀ ਹਰਾਸ ਕਰਨ ਦੀ, ਮੈਨੂੰ ਫਾਈਨੈਂਸ਼ੀਅਲ ਹਰਾਸ ਕਰਨ ਦੇ ਲਈ ਇਹਨਾਂ ਨੇ ਜਾਣ ਕੇ ਇਹ ਸੀਲ ਕਰਾਈ ਹੈ। ਆ ਲਿਆ ਕੇ ਇੱਥੇ ਤਾਲਾ ਲਾਤਾ। ਇਹਨੂੰ ਪੁੱਛੋ ਵੀ ਕਾਰਪੋਰੇਸ਼ਨ ਦਾ ਪ੍ਰੋਸੈਸ ਕੀ ਹੈ, ਤੂੰ ਇੰਨੇ ਸਾਲ ਤੋਂ ਕੌਂਸਲਰ ਹੈ। ਕਹਿਣਾ ਕੀ ਚਾਹੂੰਗੇ ਕਿ ਨਗਰ ਨਿਗਮ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਆ ਉਸਦੇ ਪਿੱਛੇ ਭਾਰਤ ਭੂਸ਼ਣ ਆਸ਼ੂ ਦਾ ਹੱਥ ਹੈ? 1000% ਭਾਰਤ ਭੂਸ਼ਣ ਆਸ਼ੂ ਦਾ ਹੱਥ ਹੈ। ਮੰਤਰੀ ਹੈ, 2 ਸਾਲ ਬਾਅਦ ਇਹਨੇ ਲੈ ਜਾਣਾ, ਕਿਸੇ ਨੇ ਨਹੀਂ ਪੁੱਛਣਾ। ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਹੇ। ਲਗਾਤਾਰ DSP ਬਲਵਿੰਦਰ ਸੇਖੋਂ ਦੇ ਨਾਲ ਚੱਲ ਰਿਹਾ ਵਿਵਾਦ ਹਜੇ ਖਤਮ ਨਹੀਂ ਹੋਇਆ। ਇੱਕ ਹੋਰ ਵਿਵਾਦ ਦੇ ਨਾਲ ਉਹਨਾਂ ਦਾ ਨਾਮ ਜੁੜਦਾ ਆ ਰਿਹਾ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ, ਇਹ ਮੀਰਾ ਮਾਰਬਲਸ ਦੇ ਫਿਰੋਜ਼ਪੁਰ ਰੋਡ ਸਥਿਤ ਸ਼ੋਰੂਮ ਦੀਆਂ ਨੇ, ਜਿੱਥੇ ਕੱਲ੍ਹ ਨਗਰ ਨਿਗਮ ਵੱਲੋਂ ਇੱਥੇ ਕਾਰਵਾਈ ਕਰਦੇ ਹੋਏ ਇਹਨਾਂ ਦੀ ਜਿਹੜੀ ਹੈਗੀ ਹੈ ਬਿਲਡਿੰਗ ਸੀਲ ਕਰ ਦਿੱਤੀ ਗਈ। ਬੇਸ਼ੱਕ ਇਹ ਨਗਰ ਨਿਗਮ ਦੇ ਵੱਲੋਂ ਸੀਲ ਕੀਤੀ ਗਈ ਕਾਰਵਾਈ ਹੈ, ਪਰ ਇਸ ਕਾਰਵਾਈ ਦੇ ਪਿੱਛੇ ਵੀ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਮ ਜੁੜ ਰਿਹਾ। ਕਿਉਂ ਜੁੜ ਰਿਹਾ ਉਹ ਵੀ ਤੁਹਾਨੂੰ ਦੱਸਦੇ ਹਾਂ। ਸਾਡੇ ਨਾਲ ਮੌਜੂਦ ਨੇ ਇਸ ਬਿਲਡਿੰਗ ਦੇ ਮਾਲਕ ਕਮਲ ਚੇਤਲੀ, ਜਿਨ੍ਹਾਂ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ BJP ਵੱਲੋਂ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਸਦੀ ਅਗਵਾਈ ਕੀਤੀ ਸੀਗੀ, ਅਤੇ ਉਸ ਤੋਂ ਬਾਅਦ ਉਸ ਤੋਂ ਅਗਲੇ ਦਿਨ ਹੀ ਨਗਰ ਨਿਗਮ ਵੱਲੋਂ ਇਸ ਬਿਲਡਿੰਗ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਅਤੇ ਆਰੋਪ ਲੱਗ ਰਹੇ ਨੇ ਭਾਰਤ ਭੂਸ਼ਣ ਆਸ਼ੂ ਦੇ। ਸਾਡੇ ਨਾਲ ਮੌਜੂਦ ਨੇ ਕਮਲ ਚੇਤਲੀ। ਚੇਤਲੀ ਸਾਹਿਬ, ਬਿਲਡਿੰਗ ਨਗਰ ਨਿਗਮ ਵੱਲੋਂ ਸੀਲ ਕੀਤੀ ਗਈ ਹੈ, ਤੁਸੀਂ ਆਰੋਪ ਲਗਾ ਰਹੇ ਹੋ ਕਿ ਭਾਰਤ ਭੂਸ਼ਣ ਆਸ਼ੂ ਦੇ ਵੱਲੋਂ ਕਰਵਾਈ ਗਈ ਹੈ, ਕਾਰਨ ਕੀ ਹੈ? ਦੇਖੋ, ਜਦੋਂ ਦੀ ਕਾਰਪੋਰੇਸ਼ਨ ਬਣੀ ਹੈ, ਮੇਰਾ ਖਿਆਲ ਹੈ ਹਿਸਟਰੀ 'ਚ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਹੋਊਗਾ ਕਿ ਬਗੈਰ ਨੋਟਿਸ ਦਿੱਤੇ, ਬਗੈਰ ਨੋਟਿਸ 'ਚ ਪਕਾਏ, ਬਗੈਰ ਮਾਲਕ ਨੂੰ ਦੱਸੇ ਅਤੇ ਬਿਲਡਿੰਗ ਸੀਲ ਕੀਤੀ ਗਈ ਹੈ। ਔਰ ਦੂਜੀ ਗੱਲ ਇਹ ਹੈ ਦੇਖਣ ਵਾਲੀ ਵੀ ਇਹ ਮੇਰਾ 98 ਤੋਂ ਇੱਥੇ ਮੇਰਾ ਕੰਮ ਚੱਲ ਰਿਹਾ, 2001 ਤੋਂ ਮੈਂ ਇੱਥੇ ਮਾਰਬਲ ਦਾ ਕੰਮ ਕਰ ਰਿਹਾ। ਮੇਰਾ ਜਿਹੜਾ ਸੇਲ ਟੈਕਸ ਨੰਬਰ ਹੈ ਉਹ 31-3-2001 ਦਾ, ਔਰ ਉਦੋਂ ਤੋਂ ਮੈਂ ਕੰਮ ਕਰ ਰਿਹਾ। ਜਿਹੜਾ CLU ਦੀ ਪੋਲਿਸੀ ਆਈ ਆ ਉਹ 2005 ਤੋਂ ਬਾਅਦ ਆਈ ਹੈ, ਜਦਕਿ ਅੱਜ ਤੱਕ ਕਿਸੇ ਨੇ ਕੋਈ CLU ਦਾ ਪੈਸਾ ਨਹੀਂ ਮੰਗਿਆ, ਕੋਈ ਨੋਟਿਸ ਨਹੀਂ ਦਿੱਤਾ, ਕੁਛ ਨਹੀਂ ਹੋਇਆ। ਅਤੇ ਮੈਂ ਪ੍ਰੈਸ ਕਾਨਫਰੰਸ ਕੀਤੀ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ, ਉਹਦੇ ਕਰਕੇ ਮੈਨੂੰ ਹਰਾਸ ਕਰਨ ਲਈ, ਮੇਰਾ ਸਿਆਸੀ ਅਕਸ ਨੂੰ ਖਰਾਬ ਕਰਨ ਦੇ ਲਈ, ਮੈਨੂੰ ਮੈਂਟਲੀ ਹਰਾਸ ਕਰਨ ਦੀ, ਮੈਨੂੰ ਫਾਈਨੈਂਸ਼ੀਅਲ ਹਰਾਸ ਕਰਨ ਦੇ ਲਈ ਇਹਨਾਂ ਨੇ ਜਾਣ ਕੇ ਇਹ ਸੀਲ ਕਰਾਈ ਹੈ। ਔਰ ਕਹਿ ਰਹੇ ਨੇ ਵੀ ਅਸੀਂ ਤੁਹਾਨੂੰ ਕੋਈ CLU ਦਾ ਨੋਟਿਸ ਕੱਢਿਆ, ਜਿਹੜਾ ਕਿ ਸਾਨੂੰ ਹਜੇ ਤੱਕ ਕੋਈ ਨੋਟਿਸ ਨਹੀਂ ਮਿਲਿਆ। ਇਸ ਤਰ੍ਹਾਂ ਤੁਸੀਂ ਕਿਉਂ ਕਹਿ ਰਹੇ ਹੋ ਕਿ ਤੁਹਾਡੇ ਸਿਆਸੀ ਅਕਸ ਨੂੰ ਖਰਾਬ ਕਰਨ ਵਾਸਤੇ ਕੀਤਾ ਜਾ ਰਿਹਾ, ਤੁਹਾਨੂੰ ਦਬਾਉਣ ਵਾਸਤੇ ਕੀਤਾ ਜਾ ਰਿਹਾ? ਬੇਸ਼ੱਕ ਤੁਸੀਂ ਪਿਛਲੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੇ ਸਾਹਮਣੇ ਉਹਨਾਂ ਦੇ ਓਪੋਜੀਸ਼ਨ ਪਾਰਟੀ ਦੇ ਟਿਕਟ 'ਤੇ ਲੜੇ ਸੀਗੇ, ਪਰ ਉਸ ਗੱਲ ਨੂੰ ਵੀ ਅੱਜ 3 ਸਾਲ ਹੋ ਗਏ, ਅੱਜ ਇਸ ਤਰ੍ਹਾਂ ਦੀ ਚਰਚਾ ਕਿਉਂ ਹੋ ਰਹੀ ਆ? ਮੈਨੂੰ ਤੁਸੀਂ ਇੱਕ ਗੱਲ ਦੱਸੋ, ਅਸੀਂ ਇਲੈਕਸ਼ਨ ਲੜੇ, ਇਲੈਕਸ਼ਨ ਖਤਮ ਹੋ ਗਿਆ, ਮੈਂ ਤਾਂ ਅੱਜ ਤੱਕ ਕਦੇ ਕਿਸੇ ਆਸ਼ੂ ਦੇ ਖਿਲਾਫ਼ ਜਾਂ ਕਿਸੇ ਇਹਨਾਂ ਦੇ ਕੌਂਸਲਰ ਜਾਂ ਕਿਸੇ ਦੇ ਖਿਲਾਫ਼ ਨਿੱਜੀ ਤੌਰ 'ਤੇ ਜਾਂ ਵੈਸੇ ਸਿਆਸੀ ਤੌਰ 'ਤੇ ਕਦੇ ਕੋਈ ਨਜਾਇਜ਼ ਗੱਲ ਨਹੀਂ ਕੀਤੀ। ਅੱਜ ਜੇ ਸੱਚ ਸਾਹਮਣੇ ਲੋਕਾਂ ਦੇ ਲੈ ਕੇ ਆਉਂਦਾ, ਇਹਦਾ ਚਿਹਰਾ ਨੰਗਾ ਕੀਤਾ ਇਹਨੇ। ਦੇਖੋ, ਮੈਂ ਉਦਣ ਵੀ ਤੁਹਾਨੂੰ ਕਿਹਾ ਸੀ, ਇਹਨੇ ਜਸਰਾਜ ਮੁੰਡਾ ਜਦੋਂ ਬਿੱਟੂ ਦੀ ਸਮੱਗਰੀ ਦੇ ਪੈਸੇ ਲੈਣਾ, ਇਹਨਾਂ ਨੇ ਬੁਰੀ ਤਰ੍ਹਾਂ ਉਹਦੀ ਮਾਂ 'ਤੇ ਉਹਨੂੰ ਕੁੱਟਿਆ।
ਉਦੋਂ ਬਾਅਦ 'ਚ ਇਹਨਾਂ ਨੇ DO ਮੈਡਮ ਨੂੰ ਉਹਦੀ ਕਿੰਨੀ ਬੁਰੀ ਤਰ੍ਹਾਂ ਇਨਸਲਟ ਕੀਤੀ ਸਾਰਾ ਮੀਡੀਆ ਨੇ ਦੇਖਿਆ। ਉਦੋਂ ਬਾਅਦ 'ਚ ਇਹਨਾਂ ਨੇ SC ਗਰਗ ਜਦੋਂ ਕਹਿੰਦਾ ਜੀ ਹਾਈਕੋਰਟ ਦੇ ਆਰਡਰ ਆ, ਕਹਿੰਦਾ ਕਹਿੰਦੇ ਜਾ ਕੇ ਹਾਈਕੋਰਟ ਨੂੰ ਹਾਂਜੀ ਕਹਿਣਾ ਸਿੱਖ ਗਰਗ, ਓਏ ਗਰਗ ਹਾਂਜੀ ਕਹਿਣਾ ਸਿੱਖ। ਅਤੇ ਉਹ ਵੀ ਤੁਸੀਂ ਸਾਰਾ ਕੁਝ ਦੇਖਿਆ ਵੀ ਕਹਿੰਦੇ ਹਾਈਕੋਰਟ ਨੂੰ ਮੰਤਰੀ ਨਹੀਂ ਮੰਨਦਾ। ਉਦੋਂ ਬਾਅਦ 'ਚ ਇਹਨੇ ਸਿੱਖ ਉਹਨੂੰ ਜੋ ਕੁਛ ਕਿਹਾ ਵੀ ਤੈਨੂੰ ਜਿਸ ਕੰਮ ਲਈ ਲਾਇਆ ਸੀ ਤੂੰ ਉਹ ਕੰਮ ਕਰ, ਅਤੇ ਤੈਨੂੰ ਮਿੱਧ ਕੇ ਰੱਖ ਦਿਆਂਗੇ, ਤੈਨੂੰ ਬਚਾਉਣ ਵਾਲਾ ਕੋਈ ਨਹੀਂ ਹੋਊਗਾ, ਉਹ ਵੀ ਸਾਰੇ ਮੀਡੀਆ ਨੇ ਦੇਖਿਆ। ਔਰ ਬਦੋਵਾਲ ਦੇ ਜਿਹੜਾ ਲੜਕਾ ਕਾਂਗਰਸੀ ਵਰਕਰ ਜਿਹੜਾ 22 ਇਲੈਕਸ਼ਨ ਦੇ ਵਿੱਚ ਗੁਰਸਿੱਖ ਪਰਿਵਾਰ ਅੰਮ੍ਰਿਤਧਾਰੀ ਲੜਕੇ ਦੀ ਜੋ ਇਹਨਾਂ ਨੇ ਬੇਅਦਬੀ ਕੀਤੀ ਉਹਦੇ ਕੇਸਾਂ ਦੀ, ਦਾੜੀ ਦੀ, ਪੱਗ ਦੀ, ਕਿਰਪਾਨ ਦੀ, ਉਹ ਸਾਰੇ ਮੀਡੀਆ ਨੇ ਦੇਖਿਆ, ਸਾਰੇ ਲੋਕਾਂ ਨੇ ਦੇਖਿਆ। ਅੱਜ ਜੇ ਮੈਂ ਲੋਕਾਂ ਮੂਹਰੇ ਦਾ ਚਿਹਰਾ ਨੰਗਾ ਕੀਤਾ, ਮੈਂ ਕਹਿੰਦਾ ਗੁੰਡਾਗਰਦੀ ਕਰਕੇ ਲੋਕਾਂ ਨੂੰ ਦਬਾਉਂਦਾ, ਦਬਾਉਣ ਦੀ ਕੋਸ਼ਿਸ਼ ਕਰਦਾ, ਅਤੇ ਇਹਨੇ ਆ ਲਿਆ ਕੇ ਇੱਥੇ ਤਾਲਾ ਲਾਤਾ। ਇਹਨੂੰ ਪੁੱਛੋ ਵੀ ਕਾਰਪੋਰੇਸ਼ਨ ਦਾ ਪ੍ਰੋਸੈਸ ਕੀ ਹੈ, ਤੂੰ ਇੰਨੇ ਸਾਲ ਤੋਂ ਕੌਂਸਲਰ ਹੈ। ਦੂਜਾ ਮੇਰਾ ਸਵਾਲ ਇਹ ਹੈ ਵੀ ਜਿੱਥੇ ਦਾ ਦਫ਼ਤਰ ਆ, ਕਮਿਊਨਿਟੀ ਸੈਂਟਰ ਇਹਨਾਂ ਨੇ ਆਪਣਾ ਟਰੱਸਟ ਬਣਾਇਆ ਹੋਇਆ ਹੈ, ਉਹਦੀਆਂ ਦੁਕਾਨਾਂ, ਉਹਦੀ ਮਾਲਕੀ ਕਿਹਦੇ ਕੋਲ ਸੀ, ਕਿਆ ਉਹਦਾ CLU ਚੇਂਜ ਹੋਇਆ, ਕਿਆ ਉਹਦਾ ਨਕਸ਼ਾ ਪਾਸ ਹੋਇਆ, ਉਹਦੇ ਬਾਰੇ ਵੀ ਭਾਰਤ ਭੂਸ਼ਣ ਆਸ਼ੂ ਜੀ ਦੱਸਣ ਨਾ, ਲੋਕਾਂ ਦੀਆਂ ਬਿਲਡਿੰਗਾਂ ਨੂੰ ਤਾਲਾ ਲਵਾਉਂਦੇ ਨੇ। ਵੱਡੇ ਆਰੋਪ ਲਗਾ ਰਹੇ ਹੋ ਤੁਸੀਂ, ਤੁਹਾਡੇ 'ਤੇ ਜਦੋਂ ਸੀਲ ਕੀਤਾ ਗਿਆ ਉਸ ਤੋਂ ਬਾਅਦ ਵੱਡੇ ਆਰੋਪ ਲਗਾ ਰਹੇ ਹੋ, ਕਹਿਣਾ ਕੀ ਚਾਹੋਗੇ ਕਿ ਨਗਰ ਨਿਗਮ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਉਸਦੇ ਪਿੱਛੇ ਭਾਰਤ ਭੂਸ਼ਣ ਆਸ਼ੂ ਦਾ ਹੱਥ ਹੈ? 1000% ਭਾਰਤ ਭੂਸ਼ਣ ਆਸ਼ੂ ਦਾ ਹੱਥ ਹੈ। ਇਹਦਾ ਜਿਹੜਾ ਜਿੰਨੇ ਦੀ ਕੌਂਸਲਰਾਂ ਦੀ ਟੀਮ ਹੈ, ਜਦੋਂ ਲੋਕਾਂ ਦੀਆਂ ਬਿਲਡਿੰਗਾਂ ਬਣਦੀਆਂ ਨੇ ਉਹਨਾਂ ਕੋਲ ਇੰਸਪੈਕਟਰ ਭੇਜਦੇ ਆ, ਫਿਰ ਉਹਨਾਂ ਤੋਂ ਪੈਸੇ ਰਿਸ਼ਵਤ ਦੇ ਲੈਂਦੇ ਆ, ਉਹਨਾਂ ਨੂੰ ਖਰਾਬ ਕਰਦੇ ਨੇ। ਔਰ ਉਹਦਾ ਇੱਕ ਇਹ ਮਿਸਾਲ ਜਿਹੜੀ ਤੁਹਾਡੇ ਸਾਹਮਣੇ ਆ ਗਈ ਹੈ। ਔਰ ਜਿਹੜੇ ਕਾਰਪੋਰੇਸ਼ਨ ਦੇ ਅਫਸਰ ਨੇ ਇਹਨਾਂ ਦੇ ਪ੍ਰੈਸ਼ਰ ਹੇਠ ਕੰਮ ਕਰਦੇ ਨੇ, ਇਹ ਉਹਨਾਂ ਤੋਂ ਡਰਾ ਕੇ ਕੰਮ ਲੈਂਦੇ ਨੇ। ਹੁਣ ਤੁਹਾਡੀ ਅਗਲੀ ਕਾਰਵਾਈ ਕੀ ਰਹੂੰਗੀ? ਅਸੀਂ ਸਾਡੇ ਜ਼ਿਲ੍ਹਾ ਪ੍ਰਧਾਨ ਅਤੇ ਸਾਰੀ ਟੀਮ ਜਿਹੜੀ ਹੈਗੀ ਆ ਮੇਨ ਬੰਦਿਆਂ ਦੀ, ਅੱਜ ਅਸੀਂ ਉਹਦੀ ਮੀਟਿੰਗ ਕਰਾਂਗੇ। ਉਦੋਂ ਬਾਅਦ 'ਚ ਕਾਰਪੋਰੇਸ਼ਨ ਦੇ ਅਫਸਰਾਂ ਨਾਲ ਗੱਲ ਕਰਾਂਗੇ, ਪੁੱਛਾਂਗੇ ਵੀ ਇਹ ਬਿਲਡਿੰਗ ਸਾਡੀ ਸੀਲ ਕੀਤੀ ਹੈ, ਜਿਹੜਾ ਤੁਸੀਂ ਹਾਈਕੋਰਟ ਦੇ ਵਿੱਚ ਜਵਾਬ ਦਿੱਤਾ ਸੀ ਐਫੀਡੈਵਿਟ ਦਾ, ਕਿਆ ਉਹ ਸਾਰੀਆਂ ਬਿਲਡਿੰਗਾਂ ਸੀਲ ਕਰਤੀਆਂ? ਕਿਆ ਤੁਸੀਂ ਕਿੰਨੇ ਕੁ ਜਿਹੜੇ ਤੁਸੀਂ ਲੋਕਾਂ ਦੇ CLU ਜਿਹੜੇ ਬਗੈਰ CLU ਬਗੈਰ ਨਕਸ਼ਾ ਪਾਸ ਦੇ, ਉਹਨਾਂ ਨੂੰ ਮੈਂ ਕੱਲ੍ਹ ਦੱਸੂੰਗਾ ਵੀ ਆਓ ਮੇਰੇ ਨਾਲ ਗੱਡੀ 'ਚ ਬੈਠੋ ਕਮਿਸ਼ਨਰ ਸਾਹਿਬ, ਤੁਹਾਨੂੰ ਦਿਖਾਵਾਂ ਕਿਹੜੀਆਂ ਕਿਹੜੀਆਂ ਬਿਲਡਿੰਗਾਂ ਆਸ਼ੂ ਨੇ ਬਣਵਾਈਆਂ ਨੇ, ਤੁਹਾਡੇ ਕੌਂਸਲਰਾਂ ਨੇ ਬਣਵਾਈਆਂ ਨੇ, ਤੁਹਾਡੇ ਅਫਸਰਾਂ ਨੇ ਬਣਵਾਈਆਂ ਨੇ, ਅਤੇ ਉਹਨਾਂ ਦੇ ਪੈਸੇ ਕੌਣ ਦਊਗਾ ਕਾਰਪੋਰੇਸ਼ਨ, ਉਹ ਵੀ ਕਮਿਸ਼ਨਰ ਸਾਹਿਬ ਦੱਸਣ ਕੱਲ੍ਹ। ਤੁਹਾਨੂੰ ਲੱਗਦਾ ਨਹੀਂ ਕਿ ਕਾਰਪੋਰੇਸ਼ਨ ਦੇ ਵਿੱਚ ਮੈਜੋਰਟੀ ਕਾਂਗਰਸ ਦੀ ਆ, ਪੰਜਾਬ ਦੇ ਵਿੱਚ ਸਰਕਾਰ ਉਹਨਾਂ ਦੀ ਆ, ਮੰਤਰੀ ਦੇ ਉੱਤੇ ਗੰਭੀਰ ਇਲਜ਼ਾਮ ਲਾ ਰਹੇ ਹੋ, ਤੁਹਾਨੂੰ ਵੱਡਾ ਨੁਕਸਾਨ ਪਹੁੰਚਾ ਸਕਦੇ ਆ? ਇੰਨੀ ਕਿਸੇ ਦੀ ਹਿੰਮਤ ਨਹੀਂ, ਰੱਬ ਦੀ ਨਿਗਾਹ ਸਿੱਧੀ ਹੋਵੇ ਕੋਈ ਕਿਸੇ ਦਾ ਨੁਕਸਾਨ ਨਹੀਂ ਕਰ ਸਕਦਾ। ਮੰਤਰੀ ਆ, 2 ਸਾਲ ਬਾਅਦ ਇਹਨੇ ਲੈ ਜਾਣਾ, ਕਿਸੇ ਨੇ ਨਹੀਂ ਪੁੱਛਣਾ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪਰ ਜਦੋਂ ਕੋਈ ਵੀ ਪੋਲੀਟੀਕਲ ਲੀਡਰ ਜਾਂ ਪੋਲੀਟੀਕਲ ਪਾਰਟੀ ਕਿਸੇ ਨਾਲ ਧੱਕਾ ਕਰਦੀ ਹੈ, ਉਹਦਾ ਜਵਾਬ ਫਿਰ ਇਲੈਕਸ਼ਨਾਂ ਦੇ ਵਿੱਚ ਲੋਕ ਆਪਣੇ ਆਪ ਦੇ ਦਿੰਦੇ ਆ। ਅੱਜ ਤੁਸੀਂ ਸਾਰੇ ਹਲਕਾ ਵੈਸਟ 'ਚ ਕਿਸੇ ਨਾਲ ਗੱਲ ਕਰਕੇ ਦੇਖੋ, ਹਰ ਬੰਦਾ ਇਹ ਤੋਂ ਦੁਖੀ ਹੈ। ਤੁਸੀਂ ਇੱਕ ਇਲਜ਼ਾਮ ਲਗਾ ਰਹੇ ਹੋ ਕਿ ਗੁੰਡਾਗਰਦੀ ਕਰਦੇ ਨੇ ਭਾਰਤ ਭੂਸ਼ਣ ਮੰਤਰੀ ਆਸ਼ੂ, ਕੀ ਸਬੂਤ ਆ ਤੁਹਾਡੇ ਕੋਲ? ਹਜੇ ਸਬੂਤਾਂ ਦੀ ਕਸਰ ਹੈ। ਤੁਸੀਂ DSP ਦੀ ਆਡੀਓ ਸੁਣੀ, ਤੁਸੀਂ ਗਰਗ ਸਾਹਿਬ ਦੀ ਆਡੀਓ ਸੁਣੀ, ਤੁਸੀਂ DO ਨੂੰ ਕਿਸ ਤਰ੍ਹਾਂ ਬੋਲੇ ਤੁਸੀਂ ਸੁਣਿਆ, ਤੁਸੀਂ ਬਦੋਵਾਲ ਦੇ ਵਿੱਚ ਜਿਹੜਾ ਮੁੰਡੇ ਨੂੰ ਕੁੱਟਿਆ ਤੁਸੀਂ ਦੇਖਿਆ, ਤੁਸੀਂ ਜਸਰਾਜ ਨੂੰ ਜਿਹੜਾ ਸਮੱਗਰੀ ਦੇ ਪੈਸੇ ਲੈਣਗੇ ਉਹਨੂੰ ਕੁੱਟਿਆ ਤੁਸੀਂ ਦੇਖਿਆ, ਹੋਰ ਇਦੋਂ ਵੱਡਾ ਸਬੂਤ ਕੀ ਹੋ ਸਕਦਾ ਹੈ? ਜੀ ਬਿਲਕੁਲ, ਇਹ ਸੀਗੇ ਕਮਲ ਚੇਤਲੀ ਜਿਹੜੇ BJP ਦੇ ਆਗੂ ਨੇ, ਉਹਨਾਂ ਦਾ ਸਾਫ਼ ਕਹਿਣਾ ਕਿ ਜਿਹੜੀ ਉਹਨਾਂ ਦੀ ਬਿਲਡਿੰਗ ਦੇ ਉੱਤੇ ਕਾਰਵਾਈ ਕੀਤੀ ਗਈ ਆ, ਇਸ ਦੇ ਪਿੱਛੇ ਸਾਫ਼ ਸਿੱਧਾ ਸਿੱਧਾ ਹੱਥ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨੇ, ਅਤੇ ਪਰ ਉਹ ਡਰਨ ਵਾਲੇ ਨਹੀਂ ਹੈ। ਪਰ ਚਾਹੇ ਜਿੰਨੀ ਮਰਜ਼ੀ ਬਦਸਲੂਕੀਆਂ ਉਹਨਾਂ ਵੱਲੋਂ ਕੀਤੀਆਂ ਜਾਣ, ਉਹਨਾਂ ਦਾ ਮੂੰਹ ਤੋੜਵਾ ਜਵਾਬ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਦਿੰਦੇ ਰਹਿਣਗੇ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕਤਾ, ਦੈਨਿਕ ਸਵੇਰਾ TV ਲੁਧਿਆਣਾ। ਅਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ, ਮੈਨੂੰ ਰਚਨਾ ਨੂੰ ਦਿਓ ਇਜਾਜ਼ਤ, ਹੋਰ ਵਧੇਰੇ ਜਾਣਕਾਰੀ ਲਈ ਵੇਖਦੇ ਰਹੋ ਦੈਨਿਕ ਸਵੇਰਾ TV।